ਅੱਜ ਮੈਂ ਤੁਹਾਨੂੰ ਇੱਕ ਰੀਅਲ ਕਹਾਣੀ ਸ਼ੇਅਰ ਕਰਾਂਗਾ ਇੱਕ ਬੱਚਾ ਸਕੂਲ ਪੜਦਾ ਸੀ ਤੇ ਉਸ ਬੱਚੇ ਨੂੰ ਪ੍ਰਿੰਸੀਪਲ ਵੱਲੋਂ ਇੱਕ ਲੈਟਰ ਦਿੱਤਾ ਗਿਆ ਤੇ ਪ੍ਰਿੰਸੀਪਲ ਨੇ ਉਸ ਬੱਚੇ ਨੂੰ ਕਿਹਾ ਜਾ ਕੇ ਆਪਣੇ ਘਰ ਮੰਮੀ ਨੂੰ ਦੇ ਦੇ ਤੇ ਉਸ ਬੱਚੇ ਨੇ ਜਾ ਕੇ ਆਪਣੀ ਮੰਮੀ ਨੂੰ ਉਹ ਲੈਟਰ ਦਿੱਤਾ ਤੇ ਉਹਦੀ ਮੰਮੀ ਨੇ ਜਦੋਂ ਲੈਟਰ ਪੜ੍ਹਿਆ ਤੇ ਉਹਦੀ ਅੱਖਾਂ ਚੋਂ ਅਥਰੂ ਨਿਕਲ ਆਏ ਤੇ ਉਹ ਬੱਚੇ ਨੇ ਆਪਣੀ ਮੰਮੀ ਨੂੰ ਪੁੱਛਿਆ ਇਹਦੇ ਵਿੱਚ ਕੀ ਲਿਖਿਆ ਵਾ ਤੇ ਉਹਦੀ ਮੰਮੀ ਨੇ ਉਹਨੂੰ ਕਿਹਾ ਇਹਦੇ ਵਿੱਚ ਲਿਖਿਆ ਵਾ ਤੁਹਾਡਾ ਬੱਚਾ ਬਹੁਤ ਹੌਨ ਹਾਰਿਆ ਤੁਹਾਡੇ ਬੱਚੇ ਨੂੰ ਪੜਾਉਣ ਲਈ ਸਾਡੇ ਕੋਲ ਇੰਨੇ ਕਾਬਿਲ ਟੀਚਰ ਨਹੀਂ ਹੈਗੇ ਤੇ ਇਸ ਕਰਕੇ ਤੁਸੀਂ ਇਸ ਨੂੰ ਆਪਣੇ ਘਰੇ ਪੜਾਓ ਤੇ ਇਹ ਗੱਲ ਉਸ ਬੱਚੇ ਦੇ ਦਿਮਾਗ 'ਚ ਘਾਰ ਕਰ ਗਈ ਤੇ ਉਸ ਤੋਂ ਬਾਅਦ ਉਹ ਬੱਚਾ ਇੰਨਾ ਕਿ ਜ਼ਿਆਦਾ ਪੜਿਆ ਇੰਨੀ ਕਿ ਉਹਨੇ ਦਿਲਚਸਪੀ ਲਈ ਤੀ ਪੜਾਈ 'ਚ ਫਿਰ ਇੱਕ ਦਿਨ ਉਹੀ ਬੱਚਾ ਵੱਡਾ ਹੋ ਕੇ ਮਹਾਨ ਨਵਿਸ਼ਕਾਰ ਬਣਿਆ ਤੇ ਜਿਹਦਾ ਨਾਮ ਹੀ ਥੋਮਸ ਐਡੀਸਨ ਜਿਨੇ ਬਲਬ ਦਾ ਅਵਿਸ਼ਕਾਰ ਕੀਤਾ ਸੀ ਤੇ ਜਦੋਂ ਉਹਨਾਂ ਦੀ ਮੰਮੀ ਦਾ ਦੇਹਾਂਦ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਉਹ ਲੈਟਰਲ ਲੱਭਿਆ ਇਹ ਲੈਟਰ ਉਹੀ ਜਦੋਂ ਉਸ ਟਾਈਮ ਤੇ ਪ੍ਰਿੰਸੀਪਲ ਨੇ ਉਹਨੂੰ ਦਿੱਤਾ ਸੀ ਤੇ ਉਹਦੇ ਵਿੱਚ ਇਹ ਲਿਖਿਆ ਸੀ ਤੁਹਾਡਾ ਬੱਚਾ ਦਿਮਾਗ ਤੋਂ ਕਮਜ਼ੋਰ ਆ ਅਸੀਂ ਇਹਨੂੰ ਆਪਣੇ ਸਕੂਲ ਵਿੱਚ ਨਹੀਂ ਪੜ੍ਹਾ ਸਕਦੇ ਇਹ ਲੈਟਰ ਪੜ੍ਹ ਕੇ ਥੋਮਸ ਐਡੀਸਨ ਦੇ ਅੱਖਾਂ ਵਿੱਚ ਅਥਰੂ ਨਿਕਲ ਆਏ ਜਿਹੜੇ ਮੂ ਦੇ ਸ਼ਬਦ ਹੁੰਦੇ ਉਹਨਾਂ ਦੀ ਬਹੁਤ ਵੱਡੀ ਤਾਕਤ ਹੁੰਦੀ ਆ ਜਿਹੜੇ ਮਾਰੇ ਸ਼ਬਦ ਆ ਉਹਨਾਂ ਤੋਂ ਲੋਕ ਹੀ ਟੁੱਟ ਜਾਂਦੇ ਆ ਤੇ ਜਿਹੜੇ ਚੰਗੇ ਸ਼ਬਦ ਆ ਉਹ ਚੰਗੇ ਸ਼ਬਦਾਂ ਤੋਂ ਕਈ ਲੋਕ ਮਾਊਂਟ ਐਵਰੇਸਟ ਤੱਕ ਪਹੁੰਚ ਜਾਂਦੇ ਆ ਇਸ ਲਈ ਸਾਰਿਆਂ ਨੇ ਚੰਗਾ ਬੋਲੋ ਚੰਗੇ ਸ਼ਬਦ ਇਸਤੇਮਾਲ ਕਰੋ ਤੇ ਜਲਦੀ ਮਿਲਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ